ਪਹਿਲਾਂ ਧੋਤਾ ਸੀ ਅੱਛਾ ਦੂਜੀ ਵਾਰੀ ਧੋ ਰਹੇ ਹੋ ਸਾਫ ਸੁਥਰਾ ਓਕੇ ਪਹਿਲਾਂ ਸਾਫ ਕੋਈ ਟੈਨਸ਼ਨ ਨਹੀਂ ਆਰਾਮ ਨਾਲ ਸੁੱਟ ਪਾਣੀ ਦੇ ਥੋੜਾ ਜਿਹਾ ਹੋਰ ਪਾਣਾ ਹੈ अदरक अदरक बारी है। लो जी एक किलो टमाटर लिया ने पाया मिर्चा ते पाया अदरक डेढ़ किलो गंढे ते इंजी दे विच पा देने ने लाल मिर्चा नहीं पा पा रही ठीक हो ठीक है काली मिर्च पावांगे ते सब्ज मिर्च ਭਾਈ ਸਬੂਤੇ ਹੀ ਸੁੱਟ ਦੋ ਇੰਨੇ ਵੀ ਕਿਉਂ ਕੱਟਣ ਦੇ ਆ ਪਤਾ ਲੱਗ ਜਾਂਦਾ ਵੇ ਕਾਣਾ ਛਾਣਾ ਨਾ ਹੋਵੇ ਤੁਰੇ ਤੁਰੇ ਕੱਤੋ ਤੇ ਸਹੀ ਨਾ ਇਹ ਆਪੀ ਗੱਲ ਜਾਣਾ ਤੂੰ ਜੇ ਨਾ ਗਲਿਆ ਹਰ ਸ਼ਾਇਦ ਕਿਉਂ ਨਾ ਗਲਿਆ ਵੇਖੀ ਤੂੰ ਆ ਬਾਲੇ ਲੱਕੜਾਂ ਲਾਈਆਂ ਨਾ ਹਰ ਸ਼ਾਇਦ ਸਾੜ ਦੇ ਨੂੰ ਵਾ ਗਾਲ ਦੀ ਐ ਵੇਖ ਐ ਸਹੀ ਆ ਮਰਚਾਂ ਵੀ ਸਾਬਾ ਦੀ ਸੁੱਟਣੀ ਕਿ ਕੱਟ ਕੇ ਕੱਟ ਕੇ ਗੂਣੀਆਂ ਲਾ ਕੇ ਵਿਚੇ ਚੀਰੇ ਦੇ ਕੇ ਐਂਜੀ ਸੁੱਟ ਦੇ ਵੀ ਗੱਲ ਹੀ ਜਾਣੀ ਆ ਚੀਰੇ ਦੇ ਕੇ ਇਹ ਚੀਰੇ ਦੇ ਉਹਦੇ ਨਮਕ ਲਾ ਕੇ ਪਰ ਉਹ ਸਬੂਤੀਆਂ ਛੱਟਣ ਦੇ ਸਾਬਾ ਦੀ ਸੁੱਟਣੀ ਹੈ ਇਹ ਆਪਾਂ ਹੀ ਖਾਣਾ ਨਾ ਇਹ ਆਪਾਂ ਹੀ ਖਾਣਾ ਇਹ ਡੰਗਰਾ ਖਾਣਾ ਨਹੀਂ ਹਰ ਸ਼ਾਇਦ ਸਬੂਤੀ ਸੱਟੀ ਜਾਣ ਦੇ ਨਹੀਂ ਵੇ ਚੀਰੇ ਦੇ ਹੀ ਜਾਪਾ ਨਹੀਂ ਠੀਕ ਹੈ ਯਾਰ ਖੋਚਾ ਨਹੀਂ ਯਾਰ ਸੋ ਪੱਕੀ ਗੱਲ ਹੈ ਨਾ ਕੀ ਗੱਲ ਹੈ ਚਲੋ ਜਾਏ ਮਨਾਨ ਨੂੰ ਕਹਿ ਕਾਲੀਆਂ ਮਿਰਚਾਂ ਦਾ ਡੱਬਾ ਲਿਆਏ ਨਮਕ ਲਿਆਏ ਇਹ ਕਾਲੀ ਮਿਰਚਾਂ ਇਹ ਕਾਲੀ ਮਿਰਚ ਪੀਸੀ ਹੈ ਨਾ ਬਹੁਤ ਜ਼ਿਆਦਾ ਹੋ ਗਈ ਜ਼ਿਆਦਾ ਭਾਈ ਬਸ ਠੀਕ ਹੈ ਹਿਸਾਬ ਦੀ ਭਾਈ ਨੂਨ ਤੇ ਨੂਨ ਇਹ ਜੇ ਨਮਕ ਥੋੜਾ ਪਾਣਾ ਸੀ ਉਹ ਬਸ ਕਰ ਫੇਰ ਪਾ ਲਾਂਗੇ ਨਹੀਂ ਜ਼ਿਆਦਾ ਹੁੰਦਾ ਯਾਰ ਸਤਾਜ ਜੀ ਕੀ ਹੋ ਗਿਆ 10 12 ਦਿਨ ਬੱਕਰਾ ਨੂਨ ਦਾ ਕੀ ਨੂਨ ਤੇ ਫੇਰ ਵੀ ਪਈਗਾ ਪਿਆਜ਼ ਕੱਟਣਾ ਹੁਣ ਪਿਆਜ਼ ਰਹਿ ਗਿਆ ਅਦਰਕ ਛਿੱਲੋ ਅਦਰਕ ਛਿੱਲ ਕੇ ਪਾਣਾ ਹੀ ਛਿੱਲ ਕੇ ਭਾਈ ਜਿੱਥੇ ਸਾਰਾ ਕੁਝ ਇੰਜੀ ਪਾ ਦੇ ਅਦਰਕ ਵੀ ਇੰਜੀ ਪਾ ਦੇ ਹੋਵੇ ਇਹ ਵੀ ਗੱਲ ਹੀ ਜਾਣਾ ਹੈ ਥੋਮ ਨਹੀਂ ਲਿਆਦਾ ਥੋਮ ਇਹ ਮੂਲੀ ਕੰਡੇ ਨਾਲ ਰਗੜੋ ਥੋਮ ਵੀ ਜਾ ਜੂਗਾ ਲੋ ਜੀ ਹੁਣ ਅਦਰਕ ਜਿਹੜਾ ਇਹ ਮੂਲੀ ਕਾਸ਼ਤ ਕਰਦਾ ਪਿਆ ਤੇ ਇੱਧਰ ਜਿਹੜਾ ਗੋਸ਼ਤ ਉਹ ਵੀ ਪਾਂਪੜ ਚੜਿਆ ਬਾਲ ਬੈਠੇ ਨੇ ਵੇਟ ਚ ਕਿਦੋਂ ਪੱਕੇ ਹੈ ਇਹ ਲੱਗ ਜਾਣੇ ਹਲੇ ਵੀ ਅੱਧਾ ਘੰਟਾ ਕੰਮ ਬੜਾ ਸਵਾਦੀ ਬਣ ਜਾਣਾ ਅੱਗ ਬਲਦੀ ਪਈ ਹੈ ਪਾਂਪੜ ਥੱਲੇ ਲਾਂਬੂ ਨਿਕਲਦੇ ਪਏ ਲੋ ਜੀ ਇਹ ਥੋਮ ਤੇ ਅਦਰਕ ਪਾਣ ਲੱਗਿਆ ਹਨ ਅਦਰਕ ਵਿੱਚ ਰਹਿ ਗਿਆ ਪਾਣੀ ਪਾ ਪਿਆਜ਼ ਕੱਟ ਸਪੀਡ ਮਾਰ ਪਿਆਜ਼ ਕੱਟ ਚੜ ਗਈ ਬਾਲੇ ਅੱਗ ਜਿਹੜੀ ਗੱਟੂ ਬਾਲਾ ਲੈ ਕੋਈ ਚੁੱਕ ਕੇ ਆਪਣੇ ਵੱਲੋਂ ਨਹੀਂ ਜੇ ਟੱਪੇ ਜਿ ਮੈਂ ਮਕਾ ਸੀ ਮੈਂ ਮੇਰਾ ਆਪਾ ਜੀ ਇੱਥੇ ਬੈਠਾ ਮੈਂ ਨਹੀਂ ਗਿਆ ਮੁੱਕ ਗਈ ਇਹ ਟੱਪੇ ਚਾਚੇ ਤੋਂ ਡਰ ਰਹੇ ਨਹੀਂ ਲਿਆ ਯਾਰ ਕੋਈ ਬਾਲਾ ਚੁੱਕ ਕੇ ਉੱਥੇ ਕੁਰਲੀ ਦਾ ਬੰਬੂ ਪਿਆ ਦਾ ਰੇੜੀ ਦਾ ਉਹ ਲਾ ਲੈ ਓਏ ਆਈ ਬੜਾ ਵਾਧੂ ਵੇ ਹੈ ਬੜਾ ਆਈ ਵਾਧੂ ਹੈ ਲੋ ਜੀ ਆ ਹਣ ਪੈਣ ਲੱਗਾ ਪਿਆਜ਼ ਇਹ ਆਖਰੀ ਚੀਜ਼ ਸੀ ਇਹ ਵੀ ਪੈ ਗਿਆ ਘਿਓਰ ਵੀ ਕੁਛ ਆਈ ਚਰਬੀ ਰੱਖੀਏ ਮੈਂ ਕਿਹਾ ਘਿਓ ਨਹੀਂ ਪਾਵਾਂਗੇ ਚਰਬੀ ਪਾ ਲਾਂਗੇ ਵੇਖ ਲਓ ਜੇ ਘਿਓ ਪਾਣਾ ਤੇ ਘਿਓ ਪਾ ਲਓ ਜੀ ਚਰਬੀ ਕਿਉਂ ਚਾਚਾ ਚਰਬੀ ਪਾਈ ਨਹੀਂ ਛੱਡ ਲੋ ਘਿਓ ਹਾਂ ਘਿਓ ਥੋੜਾ ਪਾ ਲਿਆ ਜੀ ਘਿਓ ਥੋੜਾ ਪਾ ਲਿਆ ਚਲ ਚਰਬੀ ਤੋਂ ਚਰਬੀ ਤੋਂ ਯਾਰ ਕੀ ਜਦੋਂ ਤੁਸੀਂ ਮਸਾਲਾ ਪਾਉਂਦੇ ਵਿੱਚ ਥੋੜਾ ਪਾਣੀ ਪਾ ਦਿੰਦੇ ਲੈ ਲਾ ਕਿ ਚੋਲਸ ਤੁਹਾਨੂੰ ਆਇਆ ਨਹੀਂ ਉਹ ਨਾ ਲੇਲੇ ਨੇ ਜਾਂ ਥਲ ਦੇ ਲਾਕੇ ਜੋ ਹੈ ਖਾਦਾ ਸੀ ਇਹਦੀ ਅੱਗ ਮੱਠੀ ਤੇ ਕਰਦੇ ਆ थले अग तेज करो इन चाड़ो पांपड़ लो जी पकदा पिया चेक करा गलिया गलिया के नहीं मेरे लग गया पानी खुश्क हो गया बोटी भी चजदी भाई करा पा चेक फड़ो फड़ लें
ਨਾਲ ਦੇ ਚੱਕਰਾ ਇਹਦਾ ਚਾਚੇ ਨੂੰ ਚੱਕਰਾ ਚਾਚਾ ਕਰਾਂ ਚਾਚਾ ਕਰਾਂ ਚਾਚਾ ਹਲੇ ਕਸਰ ਹੈ ਥੋੜੀ ਹਾਂ ਉਹ ਯੰਦਰ ਚਾਚਾ ਦੱਸੇਗਾ ਵਡੇਰਾ ਬੰਦਾ ਪੁਰਾਣਾ ਖਾਣ ਵਾਲਾ ਪਾਣੀ ਵੀ ਹੈ ਹਾਂ ਲੂਣ ਥੋੜਾ ਜਿਹਾ ਘੱਟ ਲੱਗਦਾ ਜਿਵੇਂ ਜਿਵੇਂ ਪਾਣੀ ਖੁਸ਼ਕ ਹੋਣਾ ਹੋ ਜਾਣਾ ਨਾ ਕੰਮ ਤੇਜ਼ ਹੋ ਜਾਣਾ ਹਾਂ ਹਲੇ ਥੋੜੀ ਜਿਹੀ ਕਸਰ ਆ ਜੇ ਪਾਣੀ ਬੜਾ ਪਾਣੀ ਖੁਸ਼ਕ ਹੋ ਜਾਣਾ ਹਾਂਜੀ ਤੇ ਪੱਕ ਗਿਆ ਟੇਸਟ ਮਜ਼ਾ ਆ ਗਿਆ ਨਾਲ ਦੀ ਨਾਲ ਖਾਈ ਜਾਂਦੇ ਨੇ ਕਹਿੰਦੇ ਨਾਲੇ ਗਲੀ ਜਾਏਗਾ ਨਾਲੇ ਖਾਈ ਜਾਂਦੇ ਆ ਭੁੱਖ ਲੱਗੀ ਸੀ ਤੇ ਨਾਲੇ ਇਕੱਠਾ ਖਾਣ ਪੈਂਦੇ ਸਾਰਾ ਖਾਧਾ ਵੀ ਨਹੀਂ ਸੀ ਜਾਣਾ ਕਿਉਂ ਚਾਚਾ ਇਹ ਨਾਲ ਦੀ ਨਾਲ ਜਿਹੜਾ ਨਾ ਇਹ ਨਾਲ ਦੀ ਨਾਲ ਪੁੰਜੀ ਜਾਏ ਮਜ਼ੇਦਾਰ ਮਜ਼ਾ ਆ ਗਿਆ ਬਾਈ ਲੋ ਜੀ ਹੋ ਗਿਆ ਤਿਆਰ ਤੇ ਬੰਦੇ ਵੀ ਪੂਰੇ ਹੋ ਗਏ ਨੇ ਜਾਨੀ ਰੋਟੀਆਂ ਲੈ ਕੇ ਆਇਆ चलो चलो खिचो खिचो पा के दे यार लो जी सारे लगे ने हुन खान क्यों है मजेदार पक्या हां जैनी अज खुश हो गए खा अज केड़ा कुकड़ है अज बकरा है पूरा बकरा सी क्यों चाचा मजेदार है हाँ हाँ मजा आया ये पा अगे कुकड़ दी एक लत खाई जांदा सी ते अज अज भी बड़ी पीती है अज मका के वाह क्यों भाई पा मजेदार है जी जानी मजा ही आ गया यार अच्छा चल रज के खाओ फिर तू नहीं खांदा ए चेक करदा करदा ना रज गया अज का ब्लॉग सी अपना बकरा लिया सियाल लंघन वाला सी क्या बकरा खा लीए तो खत्म करते हैं इंशाल्लाह मिलते हैं अगले ब्लॉग च चैनल नूं सबसक्राइब लाजमी करना लाइक शेयर भी लाजमी करना मिलते हैं अगले ब्लॉग च।